ਅੱਲਾ ਤੋਂ ਮੈਂ ਤੋਬਾ ਕਰਦਾ ਗਾ, ਇਹ ਕੰਮ ਮੈਂ ਨਹੀਂ ਕਰਦਾ ਅੱਜ ਤਾਈ ਮੈਂ। ਤੁਸੀਂ ਮਿਹਨਤ ਕਰਦੇ ਜੀ, ਮਿਹਨਤ ਕਰਕੇ ਹੱਕ ਲਾ ਦੀ ਬੱਚਿਆਂ ਕੋਲ ਜੀ, ਭਾਈ ਹੱਕ ਲਾ ਦੀ ਖਾਧੀ। ਇਹ ਹੈ ਸੁਬਹ 8 ਵਜੇ ਟੁਰਦਾ, ਰਾਤ ਦੇ 8 ਵਜੇ ਮੈਂ ਕੰਮ ਛੱਡ, ਕਿਸੇ ਸ਼ੈ ਦੀ ਕਮੀ ਨਹੀਂ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤ। ਸ਼ੁਰੂ ਕਰਤੇ ਹੈਂ ਲਗਨਾਮ ਸੇ, ਬੜਾ ਹੀ ਮਿਹਰਬਾਨ ਇਤਨੇ ਵਾਲਾ ਹੈ ਅੱਲਾ ਨਬੀ ਕੇ ਫਜ਼ਲ ਕਰਮ ਸੇ, ਆਜ ਕਾ ਵਲਾਗ ਕਰਦੇ ਸ਼ੁਰੂ। ਅੱਜ ਕੇ ਲਈ ਵੀਡੀਓ ਮੇਂ ਆਪਕੋ ਖੁਸ਼ ਆਮਦੀਦ ਕਹਤੇ ਹੈਂ। ਆਜ ਕੀ ਵੀਡੀਓ ਬਹੁਤ ਹੀ ਮੁਖਤਲਿਫ ਕਿਸਮ ਕੀ ਹੋਣੇ ਵਾਲੀ ਹੈ, ਆਪਣੀ ਵੀਡੀਓ ਗਾਣੇ ਤੱਕ ਲਾਜ਼ਮੀ ਦੇਖਣਾ ਹੈ। ਆਜ ਕੀ ਵੀਡੀਓ ਮੇਂ ਇਨਸ਼ਾਅੱਲਾ ਆਪਕੋ ਇੱਕ ਬੜੀ ਹੀ ਚੀਜ਼ ਸਿੱਖਣੇ ਕੋ ਮਿਲੇਗੀ ਔਰ ਬਹੁਤ ਹੀ ਜ਼ਬਰਦਸਤ ਚੀਜ਼ ਹੋਗੀ। ਅਭੀ ਹਮਾਰੇ ਪਾਸ ਇੱਕ ਬਜ਼ੁਰਗ ਆਤੇ ਹੈ ਜੋ ਕਿ ਕਾਫੀ ਦੇਰ ਕੇ ਮੇਰੀ ਸ਼ਾਪ ਪੇ ਅਲਹਮਦ ਲਾ ਰਹੇ ਹੈ। ਉਨਕੋ ਵੀ ਬੁਲਾਤੇ ਹੈ ਔਰ ਪੁੱਛਤੇ ਹੈ ਕਿ ਇਤਨੇ ਬਜ਼ੁਰਗ ਹੋਣੇ ਕੇ ਬਾਵਜੂਦ ਵੀ ਵੋ ਸ਼ਹਿਰ ਸ਼ਹਿਰ ਮੇਂ ਜਾਤੇ ਹੈ, ਦੁਕਾਨੋਂ ਮੇਂ ਜਾਤੇ ਹੈ, ਔਰ ਉਨਕੀ ਕਿਆ ਖਾਸ ਬਾਤ ਹੈ ਉਨ ਬਜ਼ੁਰਗੋਂ ਮੇਂ, ਇਨਸ਼ਾਅੱਲਾ ਇਸ ਵੀਡੀਓ ਮੇਂ ਆਪਕੋ ਦਿਖਾਏਂਗੇ। ਆਪ ਬਜ਼ੁਰਗ ਜੋ ਹੈ ਵੋ ਬਾਹਰ ਪਹੁੰਚ ਚੁਕੇ ਹੈ, ਵੋ ਸਾਹਮਣੇ ਬਾਹਰ ਉਤਰੇ ਹੋਏ ਹੈ, ਤੋ ਅਭੀ ਜਾ ਕੇ ਨਾ ਬਜ਼ੁਰਗੋਂ ਨੂੰ ਬੁਲਾਤੇ ਹੈ, ਬਜ਼ੁਰਗੋਂ ਕੋ ਬੁਲਾਤੇ ਹੈ ਔਰ ਇਨਸ਼ਾਅੱਲਾ ਜੋ ਬਜ਼ੁਰਗੋਂ ਕੀ ਸੂਰਤ ਹਾਲ ਵੋ ਦੇਖਤੇ ਹੈ ਕਿ ਇਤਨੀ ਓਲਡ ਏਜ ਮੇਂ ਵੀ ਬਜ਼ੁਰਗ ਜੋ ਹੈ ਵੋ ਅਭੀ ਕਮਾ ਰਹੇ ਹੈ, ਕਿਉਂ ਕਮਾ ਰਹੇ ਹੈ। ਪਤਾ ਕੋਈ ਨੀ, ਦਵਾਈਆਂ ਬਥੇਰੀਆਂ ਲੈਂਦੇ ਆ ਬੇਟਾ, ਕੋਈ ਆਰਾਮ ਨੀ ਆ ਰਿਹਾ। ਅੱਲਾਹ ਸਿਹਤ ਦੇ, ਤੰਦਰੁਸਤੀ ਦੇ ਤੁਹਾਨੂੰ। ਮੈਂ ਅੱਗੇ ਬੱਚਿਆਂ ਨੂੰ ਕਹਿ ਰਿਹਾ ਕਿ ਬਜ਼ੁਰਗ ਜਿਹੜੇ ਹੁੰਦੇ ਨੇ ਸਾਡੇ ਕੋਲ ਉਹ ਨਜ਼ਰ ਨੀ ਆਏ ਕਾਫੀ ਦਿਨ ਤੋਂ ਸ਼ਹਿਰ ਸ਼ਹਿਰ ਦੁਕਾਨ ਦੁਕਾਨ ਤੇ ਜਾਂਦੇ ਹੋ, ਇਹਦੀ ਕੀ ਵਜ੍ਹਾ ਹੈ? ਕਮਾਉਣ ਵਾਲਾ ਪੁੱਤਰ ਕੋਈ ਨੀ, ਕਮਾਉਣ ਵਾਲਾ ਬੇਟਾ ਪੁੱਤਰ ਕੋਈ ਨੀ, ਬੱਚੀਆਂ ਪੰਜ ਮੇਰੀਆਂ। ਅੱਛਾ, ਪੰਜ ਬੱਚੀਆਂ, ਦੋ ਪਹਿਲਾਂ ਵਿਆਹ ਤੇ ਜੀ, ਹੁਣ ਕੋਈ ਥੋੜੇ ਦਿਨ ਹੋਏ, ਇੱਕ ਬੱਚੀ ਵਿਆਹੀ, ਅੱਲਾ ਪਾਕ ਨੇ ਖੁਸ਼ੀ ਦਿੱਤੀ ਸੀ। ਮੈਂ ਹਰ ਸ਼ਹਿਰ ਜਾ ਕੇ ਆਪਣੀਆਂ ਪੈੜਾਂ ਕਾਪੀਆਂ ਇਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ। ਪੰਜ ਬੱਚੀਆਂ ਵੀ ਪੁੱਤਰ ਹੀ ਨੇ ਅੱਲਾ ਤਾਲਾ ਦਾ? ਹਾਂ ਜੀ, ਪੁੱਤਰ ਹੀ ਹੈ, ਮੈਂ ਤੇ ਸ਼ੁਕਰ ਕਰਦਾ ਅੱਲਾ ਦਾ, ਪੁੱਤਰ ਹੀ ਹੈ। ਤੇ ਤੁਸੀਂ ਜਾ ਕੇ ਲੋਕਾਂ ਦੇ ਸਵਾਲ ਵੀ ਤੇ ਕਰ ਸਕਦੇ ਹੋ ਨਾ ਕਿ ਜਾ ਕੇ ਮੇਰੀ ਮਦਦ ਕਰੋ। ਬੇਟਾ ਮੈਂ ਕਿਵੇਂ ਸਵਾਲ ਕਰਾਂ? ਦੇਖਣਾ, ਹੱਕ ਹਲਾਲ ਦੀ ਰੋਜ਼ੀ ਕਰਨ ਵਾਲਾ ਬੰਦਾ ਸਵਾਲ ਨਹੀਂ ਕਰ ਸਕਦਾ। ਸਵਾਲ ਨਹੀਂ ਕਰ ਸਕਦਾ? ਮੈਂ ਅੱਜ ਤਾਈ ਨਹੀਂ ਕਿਸੇ ਅੱਗੇ ਸਵਾਲ ਕੀਤਾ ਜੀ, ਮੈਨੂੰ ਸੌ ਹੀ ਦੇ ਬੱਚਿਆਂ ਦੀ ਖਾਤਰ ਜੀ, ਮੇਰੀਆਂ ਬੱਚਿਆਂ ਨਾ ਕਿਸੇ ਵੱਲ ਦੇਖਣ, ਇਹ ਭੁੱਖੀਆਂ ਨਾ ਦੇਖਣ, ਮੋਹ ਰੋਟੀ ਦਾ ਅੱਲਾ ਪਾਕ ਦੇ ਜਾਵੇ, ਖਾਏ ਜਾਵੇ, ਬਸ ਹੱਕ ਲਾ ਦੇ। ਪੰਜ ਬੱਚਿਆਂ ਨੇ, ਤਿੰਨਾਂ ਦੀ ਸ਼ਾਦੀ ਹੋ ਗਈ, ਦੋ ਬਾਕੀ ਰਹਿ ਗਈ, ਦੋ ਰਹਿ ਗਈਆਂ। ਅੱਲਾ ਤਾਲਾ ਦੀ ਜ਼ਾਤ ਉਹਨਾਂ ਸੇ ਬਿਹਤਰ ਸਵਾਬ ਪੈਦਾ ਕਰੇਗੀ। ਅੱਛਾ, ਵੇਖੋ ਬਜ਼ੁਰਗੀ ਦੇ ਆਲਮ ਜੀ, ਤੁਸੀਂ ਮਿਹਨਤ ਕਰਦੇ ਪਏ ਹੋ, ਥੋੜੀ ਗੱਲ ਨਹੀਂ ਹੈ। ਅੱਲਾ ਤਾਲਾ ਜ਼ਾਤ ਨੇ ਪੰਜ ਬੱਚੀਆਂ ਜਿਹੜੀਆਂ ਤੁਹਾਡੀਆਂ, ਤੁਸੀਂ ਉਹਨਾਂ ਦੀ ਪਰਵਰਿਸ਼ ਕਰਕੇ, ਜਵਾਨ ਕਰਕੇ ਉਹਨਾਂ ਦੀ ਸ਼ਾਦੀ ਕਰਨੀ ਹੈ ਨਾ, ਤੇ ਅੱਲਾ ਤਾਲਾ ਜ਼ਾਤ ਨੇ ਤੁਹਾਡੇ ਤੇ ਬੜਾ ਰਾਜ਼ੀ ਹੋਣਾ, ਰਾਜ਼ੀ ਹੈ ਵੀ ਤੇ ਅੱਗੋਂ ਰਾਜ਼ੀ ਹੋਏਗੀ ਇਨਸ਼ਾਅੱਲਾ। ਮੰਗਣਾ ਨਾ ਦੇਵੇ, ਜਿਹੜੇ ਲੋਕ ਹੁੰਦੇ ਨੇ ਮਾਰਕੀਟਾਂ ਚ ਮੰਗਣ ਵਾਸਤੇ, ਉਹਨਾਂ ਦੀ ਆਪਣੀ ਸੋਚ ਹੈ ਨਾ। ਇੱਕ ਮਰਦੇ ਵਾਰ ਬੰਦੇ ਦਾ ਮੂੰਹ ਡਿੰਗਾ ਹੁੰਦਾ, ਇੱਕ ਮੰਗਦੇ ਵਾਰ, ਇੱਕ ਮਰਦੇ। ਮੇਰਾ ਤੇ ਇਹੀ ਜ਼ਮੀਰ ਕਹੇਗਾ, ਮੈਂ ਸੁਬਹਾ ਤੋਂ 8 ਵਜੇ ਤੋਂ ਟੁੱਟ ਕੇ ਮੈਂ 10 ਮਿੰਟ ਨਹੀਂ ਸਹੀ ਤਰੀਕੇ ਬੈਠਦਾ, ਪਾਣੀ ਲਿਆ ਦੋ। ਇਸ ਤਰ੍ਹਾਂ ਆਪਣੀ ਮਿਹਨਤ ਕਰਕੇ ਮੈਂ ਖੁਸ਼ ਰਹਿੰਦਾ ਜੀ। ਚਲੋ, ਬੱਚਿਆਂ ਨੂੰ ਵੀ ਜਿਹੜੇ ਮੈਂ ਕਮਾਉਂਦਾ, ਉਹਨਾਂ ਨੂੰ ਸ਼ਾਮ ਦੀ ਸ਼ਾਮ ਜਿਤਨੇ ਬਚਦੇ ਹੁੰਦੇ ਚੀਜ਼ਾਂ ਵਿਕ ਜਾਂਦੀਆਂ ਜਿਹੜੀਆਂ। ਇਹ ਬਾਬਾ ਬੇਟਾ ਜੀ, ਲੋਕ ਹੌਸਲਾ ਅਫਜ਼ਾਈ ਕਰ ਦਿੰਦੇ ਨੇ, ਕੋਈ ਦੋ ਪੈੜਾਂ ਲੈ ਲੈਂਦਾ, ਕੋਈ ਤਿੰਨ ਲੈ ਲੈਂਦਾ, ਕੋਈ ਐਸੇ ਸਖੀ ਹੈ
ਪੰਜ ਪੰਜ ਛੇ ਛੇ ਪੈੜਾਂ ਲੈ ਲੈਂਦੇ ਜੀ ਪਾਣੀ ਪੀ ਗਰੀਫੀ ਚ ਜੀ ਸੁਬਾਹ ਦੀ ਕੋਈ ਬੋਨਿੰਗ ਹੋਈ ਕਿ ਨਹੀਂ ਬੇਟਾ ਬਸ ਹੋ ਜਾਂਦੀ ਹੈ ਪੰਜ ਸੱਤ ਸੌ ਬਣ ਗਿਆ ਫਿਰ ਉਹ ਇਸ ਤਰ੍ਹਾਂ ਕਰਨਾ ਹੈ ਨਾ ਜਿਹੜੀ ਬੱਚੇ ਤੇ ਬੱਚੇ ਨੂੰ ਭੇਜ ਦਿੰਦਾ ਆਪਣਾ ਖਰਚਾ ਥੋੜੇ ਜਿਹੇ ਪੈਸੇ ਨੇ ਬੇਟਾ ਨੀ ਨਹੀਂ ਤੁਸੀਂ ਵੇਖੋ ਤੁਹਾਡਾ ਸ਼ੋਭਾ ਤੇ ਨਹੀਂ ਲੇਕਿਨ ਸਿਰਫ ਤੁਹਾਨੂੰ ਬਜ਼ੁਰਗ ਦੀ ਸਾਡੇ ਜੇਲ ਚ ਪਾਓ ਰੱਖੋ ਕੋਲ ਬੈਠੋ ਭਾਈ ਦੋ ਮਿੰਟ ਬਜ਼ੁਰਗ ਦੀ ਸਾਡੇ ਤੁਸੀਂ ਰੱਖੋ ਕੋਲ ਬੇਟਾ ਤੁਹਾਡੀ ਮਿਹਰਬਾਨੀ ਨਹੀਂ ਬਜ਼ੁਰਗੋ ਮਿਹਰਬਾਨੀ ਵਾਲੀ ਕਿਹੜੀ ਗੱਲ ਤੁਸੀਂ ਬਜ਼ੁਰਗ ਸਾਡੇ ਬੇਟਾ ਮੈਂ ਕਦੀ 10 ਰੁਪਏ ਨੀ ਕਿਸੇ ਮੰਗੇ ਇਹ ਮੈਨੂੰ ਦਿੰਦੇ ਨਾ 10 ਰੁਪਏ ਉਹਨੂੰ ਕਹਿ ਦਿੰਦਾ ਜੀ ਪੈਨਸਲ ਲੈ ਲਓ ਪੈਨਸਲ ਦਿੰਦੇ ਹੋ ਪੈਸੇ ਨੀ ਲੈਂਦੇ ਪੈਸੇ ਨੀ ਮਿਲਦੇ ਤੁਸੀਂ ਆਪਣਾ ਪੁੱਤਰ ਸਮਝ ਕੇ ਛੋਟਾ ਸਮਝ ਕੇ ਤੁਹਾਡੀ ਮਿਹਰਬਾਨੀ ਕੋਈ ਮਿਹਰਬਾਨੀ ਨੀ ਸਾਡੇ ਬਜ਼ੁਰਗ ਹੋਵੇ ਇੱਥੇ ਆਉਂਦੇ ਨੂੰ ਮੈਨੂੰ ਅੱਗੇ ਤੁਹਾਡੇ ਸਾਹਮਣੇ ਕਾਫੀ ਅਰਸਾ ਮੈਂ ਆਉਂਦਾ ਰਿਹਾ ਲੇਕਿਨ ਮਿਹਨਤ ਹੀ ਕੀਤੀ ਹੈ ਕਿਸੇ ਨੇ ਇੱਕ ਪੈਡ ਲੈ ਲਏ ਕੋਈ ਦੋ ਲੈ ਲਏ ਕੋਈ ਤਿਰਸਾ ਲੈ ਲੈਂਦਾ ਕੋਈ ਮਾਰਕਰ ਲੈ ਲੈਂਦਾ ਮੇਰੀ ਸ਼ਾਮ ਤਾਈ ਰੋਜੀ 8 ਵਜੇ ਤੋਂ 8 ਵਜੇ ਤੱਕ ਅਜੇ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਕਰ ਰਹੇ ਹਾਂ ਕਿ ਤੁਹਾਨੂੰ ਦੱਸਣ ਤੋਂ ਬਗੈਰ ਨਾ ਤੁਹਾਡੀ ਵੀਡੀਓ ਬਣਾ ਰਹੇ ਲੇਕਿਨ ਤੁਹਾਡੀ ਇਜਾਜ਼ਤ ਹੋਏ ਤੇ ਵੀਡੀਓ ਅਪਲੋਡ ਅਸੀਂ ਕਰ ਸਕਦੇ ਕਰ ਲਓ ਬੇਟਾ ਜੀ ਮੈਂ ਕੀ ਕਹਿ ਸਕਦਾ ਮਿਹਨਤ ਕਰਦੇ ਨੇ ਬਜ਼ੁਰਗੀ ਦੇ ਹਾਲ 5 ਬੱਚੀਆਂ ਨੇ 3 ਮਾਸ਼ਾਅੱਲਾ ਤੋਂ ਉਹਨਾਂ ਦੀ ਸ਼ਾਦੀ ਕਰਵਾਈ ਹੈ 2 ਬਾਕੀ ਨੇ ਅੱਲਾਹ ਤਾਲਾ ਜਦ ਉਹਨਾਂ ਅਸੀਂ ਬਿਹਤਰ ਇਜਾਜ਼ਤ ਤੁਹਾਡੀ ਬਜ਼ੁਰਗ ਹਮਾਰੇ ਪਾਸ ਵਜ਼ੀਰਾਬਾਦ ਸਿਆਲਕੋਟ ਸੇ ਆਏ ਹੈ ਔਰ ਟੋਬਾ ਟੇਕ ਸਿੰਘ ਚੱਕ 95 ਕੇ ਰਹਿਣੇ ਵਾਲੇ ਹੈ ਲੇਕਿਨ ਇੱਧਰ ਸਿਆਲਕੋਟ ਮੇ ਕਿਰਾਏ ਪੇ ਰਹਿਤੇ ਹੈ ਇਨਕੀ ਫੈਮਿਲੀ ਜੋ ਹੈ ਪੀਛੇ 5 ਇਨਕੀ ਬੱਚੀਆਂ ਹੈ ਔਰ 3 ਕੀ ਸ਼ਾਦੀ ਹੋ ਚੁੱਕੀ ਹੈ 2 ਕੀ ਸ਼ਾਦੀ ਵੀ ਬਾਕੀ ਹੈ ਅੱਲਾਹ ਪਾਕ ਕੇ ਉੱਪਰ ਰਹਿਮ ਫਰਮਾਏ ਕਰਮ ਫਰਮਾਏ ਔਰ ਇਸ ਤਰ੍ਹਾਂ ਕੇ ਖੁਦ ਗਰਜ਼ ਲੋਕ ਜੋ ਹੈ ਅਭੀ ਵੀ ਅਲਹਮਦੁਲਿਲਾ ਦੁਨੀਆ ਮੇ ਬਾਕੀ ਹੈ ਇਸ ਤਰ੍ਹਾਂ ਕੇ ਲੋਕ ਕੀ ਲਾਜ਼ਮੀ ਸਪੋਰਟ ਕੀਆ ਕਰੇ ਮੈਨੇ ਕੁਛ ਨਹੀਂ ਕੀਆ ਲੇਕਿਨ ਆਪ ਵੀ ਲਾਜ਼ਮੀ ਇਸ ਤਰ੍ਹਾਂ ਕੇ ਲੋਕ ਕੀ ਸਪੋਰਟ ਕਰਨੀ ਹੈ ਇਨਸ਼ਾਅੱਲਾ ਹਮਾਰਾ ਮੁਲਕ ਜੋ ਪਾਕਿਸਤਾਨ ਹੈ ਉਹ ਬਹੁਤ ਬਿਹਤਰ ਹੋਗਾ ਔਰ ਜੋ ਇਸ ਤਰ੍ਹਾਂ ਕੇ ਖੁਦ ਗਰਜ਼ ਲੋਕ ਕੀ ਮਦਦ ਕੀ ਜਾਏਗੀ ਇਨਕੇ ਸਾਥ ਹੈਲਪ ਕੀ ਜਾਏਗੀ ਇਨਕੇ ਸਾਥ ਸ਼ਾਨਾ ਬਸ਼ਾਨਾ ਖੜੇ ਹੋਗੇ ਤੋ ਇਨਸ਼ਾਅੱਲਾ ਅੱਲਾਹ ਔਰ ਅੱਲਾਹ ਕੇ ਰਸੂਲ ਕੀ ਜ਼ਾਤ ਆਪ ਸਭ ਕੇ ਰਾਜ਼ੀ ਹੋਗੀ ਇਹੀ ਤਾਂ ਅੱਜ ਕਾ ਖੂਬਸੂਰਤ ਵਲਾਗ ਇਸੀ ਕੇ ਸਾਥ ਅੱਜ ਕੇ ਵਲਾਗ ਕੋ ਯਹੀ ਕਰਦੇ ਖਤਮ ਮਹਿਰ ਦਾਨਿਸ਼ਪਾਲ ਕੋ ਇਜਾਜ਼ਤ ਦੀਜੀਏਗਾ ਅੱਲਾਹ ਪਾਕ ਆਪ ਸਭ ਪੇ ਕਰਮ ਔਰ ਫਜ਼ਲ ਵਾਲੀ ਬਾਰਿਸ਼ ਅਤਾ ਫਰਮਾਏਗਾ ਅੱਲਾਹ ਹਾਫਿਜ਼ ਕਿਸੇ ਸ਼ੈ ਦੀ ਕਮੀ ਨਹੀਂ